ਮੈਨੂੰ ਇੰਨੀਆਂ ਪ੍ਰੋਬਲਮਾਂ ਸੀਗੀਆਂ, ਮੇਰਾ 1 ਕੁਇੰਟਲ 29 ਕਿਲੋ ਵੇਟ ਸੀਗਾ ਮੇਰਾ। ਜੇਕਰ 50 ਸਾਲ ਤੋਂ ਬਾਅਦ ਅਸੀਂ ਢਿੱਲੇ ਹੋ ਗਏ ਸਾਨੂੰ ਕਿਸੇ ਨਹੀਂ ਸਮਝ, ਨਹੀਂ ਤਾਂ ਤੁਹਾਨੂੰ ਪਤਾ 20-20 ਦਿਨ 15-15 ਦਿਨ ਹਸਪਤਾਲ 'ਚ ਰੱਖਦੇ, 4th ਦਿਨ ਛੁੱਟੀ ਦੇ ਦਿੰਦੇ ਆ। ਹਾਂਜੀ, ਸਾਰਿਆਂ ਨੂੰ ਪਹਿਲਾਂ ਸਤਿ ਸ਼੍ਰੀ ਅਕਾਲ ਜੀ। ਮੈਂ ਸੰਤੋਖ ਸਿੰਘ, ਨਕੋਦਰ ਨੇੜੇ ਪਿੰਡ ਸਰੀ, ਪਿੰਡ ਮੇਰਾ। ਪਰ ਮੈਨੂੰ ਬਹੁਤ ਜ਼ਿਆਦੀਆਂ ਪ੍ਰੋਬਲਮਾਂ ਸੀਗੀਆਂ। ਮੈਂ ਡਾਕਟਰ ਅਮਰ ਸੂਦ ਬਾਰੇ ਆਪਣੇ ਮੋਬਾਈਲ ਤੋਂ ਮੇਰੀ ਵਾਈਫ ਚੈੱਕ ਕਰਦੀ ਰਹੀ। ਸਾਨੂੰ ਜਿੱਦਾਂ ਲੋਕਾਂ ਦੀ ਐਡ ਦੇਖੀ ਵੀ ਇਹਨਾਂ ਨੂੰ ਫਰਕ ਪਿਆ ਸੀ, ਲੋਕਾਂ ਨੂੰ ਮਿਲੇ, ਅਸੀਂ ਇਸ ਕਰਕੇ ਫਿਰ ਇੱਥੇ ਪਹੁੰਚੇ। ਮੈਨੂੰ ਇੰਨੀਆਂ ਪ੍ਰੋਬਲਮਾਂ ਸੀਗੀਆਂ ਕਿ ਮੈਂ ਜੇ ਥੱਲੇ ਬਹਿ ਜਾਂਦਾ ਸੀ ਤਾਂ ਜਾਂ ਮੈਨੂੰ ਫੜ ਕੇ ਠਾਲਦੇ ਸੀ, ਜਾਂ ਮੈਨੂੰ ਉੱਠਣ ਦੀ ਪ੍ਰੋਬਲਮ ਹੈ, ਡਰਦਾ ਕਿਤੇ ਬਹਿੰਦਾ ਨਹੀਂ ਸੀ ਥੱਲੇ। ਇਸ ਕਰਕੇ ਮੇਰਾ ਹੁਣ ਜਿਹੜਾ ਇਹਨਾਂ 'ਤੇ ਮਨ ਆ ਗਿਆ, ਮੈਂ ਇੱਥੇ ਸਰਜਰੀ ਕਰਵਾਈ ਆ ਅੱਜ ਤੋਂ 15 ਦਿਨ ਪਹਿਲਾਂ। ਮੇਰਾ 1 ਕੁਇੰਟਲ 29 ਕਿਲੋ ਵੇਟ ਸੀਗਾ ਮੇਰਾ। ਮੈਂ ਅੱਜ ਚੈੱਕ ਕੀਤਾ 1 ਕੁਇੰਟਲ 21 ਕਿਲੋ ਆ, ਪਰ ਮੇਰੀਆਂ ਕਈ ਦਵਾਈਆਂ ਛੁੱਟ ਗਈਆਂ। ਮੈਂ ਬਲੱਡ ਦੀ ਦਵਾਈ ਕਈ ਵਾਰੀ 2 ਵਾਰੀ ਵੀ ਖਾਂਦਾ ਸੀਗਾ, ਪਰ ਖੂਨ ਪਤਲੇ ਦੀ ਵੀ ਖਾਂਦਾ ਸੀ, ਪਰ ਮੇਰਾ ਬਲੱਡ ਹੁਣ ਬਿਲਕੁਲ ਗੋਲੀ ਤੋਂ ਬਿਨਾਂ ਨੋਰਮਲ ਰਹਿਣ ਲੱਗ ਪਿਆ। ਬਿਲਕੁਲ ਮੈਂ ਨੋਰਮਲ ਆ ਹੁਣ। ਮੈਂ ਥੋੜ੍ਹੀ ਜਿਹਾ ਜਿੱਦਾਂ ਚਲੋ ਸਰਜਰੀ ਕਰਾਈ ਕਰਕੇ ਆ, ਮੈਂ ਉੱਠਦਾ, ਬਹਿੰਦਾ, ਫਿਰਦਾ, ਤੁਰਦਾ, ਕੋਈ ਤਕਲੀਫ ਨਹੀਂ ਮੈਨੂੰ। ਤੇ ਮੈਂ, ਮੇਰੀ ਵਾਈਫ ਆ ਉਹਨੂੰ ਸ਼ੂਗਰ ਆ, ਤੇ ਡਾਕਟਰ ਸਾਹਿਬ ਬਹੁਤ ਵਧੀਆ ਸ਼ੂਗਰ ਦਾ ਵੀ ਇਲਾਜ ਆ ਜਿਹੜਾ ਉਹ ਵੀ ਵਧੀਆ ਕਰਦੇ ਆ, ਸ਼ੂਗਰ ਕਦੀ ਨਹੀਂ ਹੁੰਦੀ ਜਾਂ ਸਰਜਰੀ ਕਰਵਾ ਲੈਣੀ। ਇਸ ਕਰਕੇ ਮੈਂ ਥੋੜ੍ਹੇ ਚਿਰ ਬਾਅਦ ਆਪਣੀ ਵਾਈਫ ਦੀ ਵੀ ਸਰਜਰੀ ਇੱਥੋਂ ਕਰਵਾ ਰਿਹਾ, ਤੇ ਮੈਂ ਆਪਣੇ ਵੀਰਾਂ ਨੂੰ, ਭੈਣਾਂ ਨੂੰ ਤੇ ਭਰਾਵਾਂ ਨੂੰ ਬੇਨਤੀ ਕਰਦਾ ਕਿ ਡਾਕਟਰ ਅਮਨ ਸੂਦ ਉਹਨਾਂ ਨੂੰ ਮਿਲੋ, ਆਪਣਾ ਜਿਹੜਾ ਮੋਟਾਪਾ ਆ ਇਹਨੂੰ ਆਪਾਂ ਕੰਟਰੋਲ 'ਚ ਕਰਵਾਈਏ। ਇਸ ਕਰਕੇ ਅਸੀਂ ਆਪਣੇ ਵਧੀਆ ਕੰਮ ਫਿਰ ਆਪਣੀ ਤੰਦਰੁਸਤੀ ਲਈ, ਕਿਉਂਕਿ ਸਾਰਿਆਂ ਨੂੰ ਪਤਾ ਬੱਚੇ ਸਾਰਿਆਂ ਦੇ ਬਾਹਰ, ਕਿਸੇ ਨੇ ਨਹੀਂ ਸਾਂਭਣਾ ਇੱਥੇ। ਜੇਕਰ 50 ਸਾਲ ਤੋਂ ਬਾਅਦ ਅਸੀਂ ਢਿੱਲੇ ਹੋ ਗਏ ਸਾਨੂੰ ਕਿਸੇ ਨਹੀਂ ਸਾਂਭਣਾ। ਇਸ ਕਰਕੇ ਜਲਦੀ ਤੋਂ ਜਲਦੀ ਮੋਬਾਈਲਾਂ ਦੇ ਵਿੱਚ ਐਡ ਦੇਖੋ, ਦੇਖ ਕੇ ਮੋਗੇ ਪਹੁੰਚਣ ਦੀ ਕਿਰਪਾਲਤਾ ਕਰੋ। ਇਸ ਕਰਕੇ ਬਹੁਤ ਵਧੀਆ ਸਰਜਰੀ ਹੋ ਰਹੀ ਆ, ਬਹੁਤ ਵਧੀਆ ਇੱਥੇ ਰਹਿਣ ਲਈ ਹੈਗਾ ਆ, ਖਾਣਾ ਵੀ ਮਿਲਦਾ, ਸਭ ਕੁਝ ਮਿਲਦਾ। ਕੋਈ ਇਸ ਤਰ੍ਹਾਂ ਦੀ ਪਹਿਲੇ ਦੂਜੇ ਦਿਨ ਤੋਂ ਹੀ ਇਹ ਤੋਰਨ ਲੱਗ ਪੈਂਦੇ ਆ ਬੰਦੇ, ਨਹੀਂ ਤਾਂ ਤੁਹਾਨੂੰ ਪਤਾ 20-20 ਦਿਨ 15-15 ਦਿਨ ਹਸਪਤਾਲ 'ਚ ਰੱਖਦੇ, 4th ਦਿਨ ਛੁੱਟੀ ਦੇ ਦਿੰਦੇ ਆ। ਅਸੀਂ ਬਿਲਕੁਲ ਠੀਕ ਆ, 15 ਦਿਨ ਬਾਅਦ ਅੱਜ ਅਸੀਂ ਟਾਂਕੇ ਕਟਾਏ ਆ, ਕਿਉਂਕਿ ਮੇਰਾ ਮਨ ਬਹੁਤ ਖੁਸ਼ ਆ, ਥੋੜੇ ਦਿਨਾਂ ਵਿੱਚ ਮੇਰਾ ਇੰਨਾ ਵੇਟ ਘਟਿਆ। ਤੇ ਮੈਂ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਦੱਸਣਾ ਚਾਹੁੰਦਾ, ਡਾਕਟਰ ਸਾਹਿਬ ਬਹੁਤ ਹੀ ਵੱਡਾ ਸੈਂਟਰ ਇੱਥੇ ਆਪਣਾ ਡਾਕਟਰ ਅਮਨ ਸੂਦ ਜੀ ਆਪਣਾ ਖੋਲ੍ਹ ਰਹੇ ਆ। ਇਹਦੇ ਵਿੱਚ ਪੈਸੇ ਤਾਂ ਜ਼ਰੂਰ ਲੱਗਦੇ ਆ, ਪਰ ਇਹਦੇ ਵਿੱਚ ਪੈਸੇ ਲੱਗਣ ਦੇ ਨਾਲ ਸਾਨੂੰ ਤੰਦਰੁਸਤੀ ਮਿਲਦੀ। ਕਈਆਂ ਹਸਪਤਾਲਾਂ 'ਚ ਜਾਈਦਾ ਆ, ਤੰਦਰੁਸਤੀ ਨਹੀਂ ਮਿਲਦੀ, ਪੈਸੇ ਲੱਗਦੇ ਆ। ਇੱਥੇ ਜੇ ਪੈਸੇ ਲੱਗਦੇ ਆ, ਤੰਦਰੁਸਤੀ ਮਿਲਦੀ ਆ। ਮੈਂ ਸਭ ਤੋਂ ਪਹਿਲਾਂ ਸਾਰੇ ਸਟਾਫ ਦਾ ਔਰ ਸਾਰੇ ਹੀ ਡਾਕਟਰ ਅਮਨ ਸੂਦ ਜੀ ਦਾ ਫਿਰ ਮੈਂ ਤਹਿ ਦਿਲੋਂ ਥੈਂਕ ਯੂ ਕਰਦਾ, ਧੰਨਵਾਦ ਕਰਦਾ, ਜਿਨ੍ਹਾਂ ਨੇ ਮੈਨੂੰ ਨਵੀਂ ਜ਼ਿੰਦਗੀ ਦਿੱਤੀ ਆ। ਤੇ ਸਾਰਿਆਂ ਨੂੰ ਮੈਂ ਕਹਿੰਦਾ ਵੀ ਇੱਥੇ ਹੁਮ ਹੁਮਾ ਕੇ ਪਹੁੰਚ ਕੇ ਆਪਣਾ ਇਲਾਜ ਕਰਵਾਓ, ਹਰ ਇੱਕ ਚੀਜ਼ ਦਾ ਇਲਾਜ ਇੱਥੇ ਹੈਗਾ ਆ। ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ ਜੀ।